वो व्यक्ति दा इंडिया दा पासपोर्ट खारिज कर देते हैं मान लो, और केस करे ते करे किते इंडिया च भी करे ते पता लगदा घर नूं ताला वज्जा जी सारे बाहर गए ने ते बाहर दा टिकाणा ही नहीं पता, उन्हूं गैप कीता मुंडे वाले को पैसे लुटे अगले पासे गए। सो मैं उस परिवार नूं भी उह डोली की डोली नूं भी मैं अंदर कराया, उहदे पूरे परिवार नूं अंदर कराया जिहड़े इह कुछ करदे सी जी, ऑलरेडी विआह कराया सी। उस तो बाद ਉਹ ਵਿਆਹ ਤਲਾਕ ਲਏ ਬਿਨਾਂ ਅਖਬਾਰ ਚ ਐਡ ਵੀ ਦੇ ਦਿੱਤੀ। ਅੱਛਾ, ਅਖਬਾਰ ਚ ਐਡ ਦੇਣ ਤੋਂ ਬਾਅਦ ਨਵਾਂ ਵਿਆਹ ਵੀ ਕਰਾ ਲਿਆ। ਬਾਹਰ ਵੀ ਚਲੀ ਗਈ, ਬਾਹਰ ਜਾ ਕੇ ਨਵੇਂ ਮੁੰਡੇ ਨੂੰ ਵੀ ਨਹੀਂ ਸੱਦਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਫੋਕਸ ਸ਼ੋ ਤੇ ਮੈਂ ਮਨਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ, ਉਮੀਦ ਕਰਦੀ ਹਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਸੋ ਤੁਹਾਡੇ ਵਾਸਤੇ ਸਪੈਸ਼ਲ ਪ੍ਰੋਗਰਾਮ ਲੈ ਕੇ ਆਇਆ ਜੀ, ਫੋਕਸ ਲੋ। ਇਸ ਪ੍ਰੋਗਰਾਮ ਦੇ ਵਿੱਚ ਫੋਕਸ ਕਰਿਆ ਕਰਾਂਗੇ ਜੋ ਵੀ ਪ੍ਰੋਬਲਮਸ ਜਿਹੜੀਆਂ ਨੇ NRI ਵੀਰ ਭੈਣ ਭਰਾਵਾਂ ਨੂੰ ਆਉਂਦੀਆਂ ਨੇ, ਉਹਨਾਂ ਦਾ ਕੀ ਸੋਲੂਸ਼ਨ ਹੈ, ਕਿਸ ਤਰੀਕੇ ਦੇ ਨਾਲ ਲੀਗਲ ਐਡਵਾਈਸ ਲੈ ਕੇ ਉਹ ਆਪਣੀ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਆ, ਗਲਤ ਰਸਤਿਆਂ ਤੋਂ ਬਚ ਸਕਦੇ ਆ। ਸੋ ਖਾਸ ਚਰਚਾ ਹੈਗੀ ਤੇ ਖਾਸ ਚਰਚਾ ਚ ਅੱਜ ਬਹੁਤ ਹੀ ਖਾਸ ਮਹਿਮਾਨ ਜਿਹੜੇ ਅੱਜ ਮੇਰਾ ਸਾਥ ਦੇਣਗੇ। ਵੈਲਕਮ ਕਰਦੇ ਆ ਜੀ ਸੁਨੀਲ ਮੱਲਣ ਜੀ ਦਾ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ, ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਸਰ? ਠੀਕ। ਸੋ ਥੋੜਾ ਜਿਹਾ ਸਰਦੀ ਹਸਤੀ ਦੇ ਉੱਪਰ ਮੈਂ ਝਾਤ ਮਰਵਾ ਦਾਂ ਤਾਂ ਮੌਜੂਦਾ ਸਮੇਂ ਦੇ ਵਿੱਚ ਸੁਪਰੀਮ ਕੋਰਟ ਪੰਜਾਬ ਹਰਿਆਣਾ ਦੇ ਵਿੱਚ ਐਜ਼ ਅ ਲੀਗਲ ਐਡਵਾਈਜ਼ਰ ਇਹ ਆਪਣੀ ਜਿਹੜੀ ਭੂਮਿਕਾ ਨਿਭਾ ਰਹੇ ਨੇ, ਆਪਣਾ ਜਿਹੜਾ ਸਾਥ ਹੈ ਉਹ ਦੇ ਰਹੇ ਨੇ ਤੇ ਜੋ ਵੀ ਪਬਲਿਕ ਦੇ ਮੁੱਦੇ ਹੁੰਦੇ ਨੇ, ਜੋ ਵੀ ਪੱਖ ਦੇ ਮੁੱਦੇ ਹੁੰਦੇ ਨੇ, ਉਹਨਾਂ ਦੇ ਉੱਪਰ ਆਪਣੇ ਜਿਹੜੇ ਰਿਵਿਊ ਹੈ ਉਹ ਸਾਂਝੇ ਕਰਨ ਤੋਂ ਕਦੇ ਵੀ ਆਪਣਾ ਪੈਰ ਪਿੱਛੇ ਨਹੀਂ ਕਰਦੇ। ਹਮੇਸ਼ਾ ਲੋਕ ਭਲਾਈ ਦੇ ਕੰਮ ਜਿਹੜੇ ਨੇ ਅਕਸਰ ਕਰਦੇ ਹੋਏ ਇਹ ਨਜ਼ਰ ਆਉਂਦੇ ਨੇ। ਸੋ ਅੱਜ ਦਰਸ਼ਕਾਂ ਨੂੰ ਅਸੀਂ ਦੱਸਦੇ ਵੀ ਸਾਡੀ ਜਿਹੜੀ ਚਰਚਾ ਦਾ ਵਿਸ਼ਾ ਹੈਗਾ ਆ ਉਹ ਰਹੂਗਾ ਵੀ NRI ਵੀਰ ਭੈਣ ਭਰਾਵਾਂ ਨੂੰ ਪ੍ਰੋਬਲਮ ਹੁੰਦੀ ਹੈ ਪਹਿਲੇ ਨੰਬਰ ਦੇ ਉੱਤੇ ਵਿਆਹ ਦੇ ਕੇਸ ਦੇ ਉੱਪਰ। ਵਿਆਹ ਬਹੁਤ ਤਰੀਕੇ ਦੇ ਹੁੰਦੇ ਨੇ, ਲੀਗਲ ਵੀ ਹੁੰਦੇ ਨੇ, ਇਲੀਗਲ ਵੀ ਹੁੰਦੇ ਨੇ, ਵਿਆਹਾਂ ਚ ਜਿਹੜੀ ਹੇਰਾ ਫੇਰੀ ਹੋ ਜਾਂਦੀ ਹੈ। ਸੋ ਮੈਨੂੰ ਲੱਗਦਾ ਕਿ ਸ਼ੁਰੂਆਤ ਹੀ ਸਾਨੂੰ ਇਸ ਤਰੀਕੇ ਤੋਂ ਹੀ ਕਰਨੀ ਚਾਹੀਦੀ ਹੈ। ਬਹੁਤ ਸਾਰੇ ਕੇਸ ਅਸੀਂ ਵੱਖ ਵੱਖ ਤਰੀਕੇ ਦੇ ਨਾਲ ਦੇਖਦੇ ਹਾਂ। ਸੋ ਵਿਆਹਾਂ ਦੇ ਮੈਟਰ ਤੇ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਮੁੰਡਿਆਂ ਨਾਲ ਵੀ ਧੋਖਾ ਹੁੰਦਾ ਤੇ ਕੁੜੀਆਂ ਨਾਲ ਵੀ ਧੋਖਾ ਹੁੰਦਾ। ਇੱਥੇ ਕੁੜੀ ਰੋਂਦੀ ਕਲਪਦੀ ਰਹਿ ਜਾਂਦੀ ਹੈ ਭਾਵੇਂ ਮੁੰਡਾ ਉੱਥੇ ਦੋ ਵਿਆਹ ਕਰਾ ਕੇ ਬੈਠਾ ਹੋਵੇ। ਸੋ ਉਹਨੂੰ ਆਪਣਾ ਹੱਕ ਮਿਲ ਸਕਦਾ, ਕੋਈ ਤਰੀਕਾ ਹੈਗਾ, ਕੋਈ ਹੱਲ ਹੈਗਾ ਉਹਨੂੰ ਹੱਕ ਮਿਲਣ ਦਾ? ਦੇਖੋ ਇਸ ਤਰ੍ਹਾਂ ਕਿ ਇਹ ਨਾ ਸੋਚੀਏ ਕਿ ਸਿਰਫ ਮੁੰਡਾ ਹੀ ਧੱਕਾ ਕਰਦਾ, ਕੁੜੀਆਂ ਵੀ ਧੱਕਾ ਕਰਦਾ। ਜਿਹੜਾ ਬਾਹਰੋਂ ਆ ਰਿਹਾ ਨਾ ਜੀ, 90% ਤਾਂ ਕਾਓ ਕਰਦਾ ਤੇ 5-10% ਜਿਹੜੇ ਇੰਡੀਆ ਚ ਬੈਠੇ ਨੇ ਉਹ ਵੀ ਧੱਕਾ ਕਰਦੇ ਨੇ। ਧੱਕੇ ਕਿਸ ਕਿਸ ਤਰ੍ਹਾਂ ਦੇ ਹੋ ਰਹੇ ਆ ਉਹਦੇ ਤੇ ਪਹਿਲਾਂ ਮੁੱਦੇ ਤੇ ਚਰਚਾ ਕਰੀਏ। ਸਭ ਤੋਂ ਪਹਿਲਾਂ ਤਾਂ ਧੱਕਾ ਹੁੰਦਾ ਹੈ ਇੰਡੀਆ ਵਿੱਚ, ਇੰਡੀਆ ਤੋਂ ਇੰਡੀਆ, ਆਪਾਂ ਇੰਡੀਆ ਤੋਂ ਇੰਡੀਆ ਦੀ ਗੱਲ ਕਰੀਏ। ਅੱਜ ਆਪਣਾ ਕੋਈ ਵੀ ਪੰਜਾਬੀ ਅਖਬਾਰ ਲੈ ਲਓ, ਐਤਵਾਰ ਦਾ ਸ਼ਨੀਵਾਰ ਦਾ, ਉਹਨੂੰ ਪੜ੍ਹਨਾ ਸ਼ੁਰੂ ਕਰ ਦਿਓ, ਵਿਆਹ ਆਈਸ ਤੇ ਬੈਠਣਾ ਹੋ ਰਿਹਾ। ਡੈਫੀਨੇਟਲੀ ਉਹ ਬੈਂਡਾਂ ਨਾਲ ਹੀ ਵਿਆਹ ਹੁੰਦਾ, ਕੁੜੀ ਜਾਂ ਮੁੰਡੇ ਨਾਲ ਤਾਂ ਵਿਆਹ ਹੀ ਨਹੀਂ ਹੁੰਦਾ। ਬਿਲਕੁਲ। ਪਹਿਲਾਂ ਸਭ ਕੁਝ ਰੋਜ਼ੀ ਪਿਕਚਰ ਲੱਗਦੀ ਹੈ, ਮੁੰਡੇ ਕੁੜੀਆਂ ਆਪਸ ਚ ਮਿਲਦੇ ਵੀ ਨੇ, ਆਪਣੇ ਸੰਬੰਧ ਵੀ ਬਣਾਉਂਦੇ ਨੇ, ਉਸ ਮਰਿਆਦਾ ਨੂੰ ਉਸ ਮਹਾਰਾਜ ਦੇ ਅੱਗੇ ਲਈਆਂ ਲਾਵਾਂ ਜਾਂ ਅਗਨੀ ਦੇ ਅੱਗੇ ਲਈਆਂ ਲਾਵਾਂ, ਉਹਨਾਂ ਲਈ ਇੱਕ ਟੁੱਚ ਹਥਿਆਰ ਬਣ ਚੁੱਕਾ ਹੈ ਕਿ ਇੱਕ ਬਸ ਚਾਰ ਘਮੇਰੀਆਂ ਹੀ ਖਾਣੀਆਂ। ਉਹ ਮਰਿਆਦਾ ਨੂੰ ਤੋੜ ਰਹੇ ਨੇ, ਉਸ ਭਾਵਨਾਵਾਂ ਨੂੰ ਤੋੜ ਰਹੇ ਨੇ, ਔਰ ਜਿਹੜੇ ਬੰਦੇ ਐਡ ਦੇ ਰਹੇ ਆ ਉਹ ਵੀ ਬਰਾਬਰ ਦੇ ਕਸੂਰਵਾਰ। ਮਾਨਯੋਗ ਹਾਈਕੋਰਟ ਦੀਆਂ ਕਈ ਜੱਜਮੈਂਟਸ ਵਿੱਚ ਇਹਦਾ ਜ਼ਿਕਰ ਕੀਤਾ ਗਿਆ। ਔਰ ਜਿਹੜੇ ਬੰਦੇ ਉਹਨਾਂ ਨੂੰ ਮੰਨਦੇ ਆ, ਯਾਨੀ ਕਿ ਮੰਨ ਲਓ ਅਖਬਾਰ ਚ ਐਡ ਆ ਗਈ, ਮੈਂ ਕਹਿ ਤਾ ਜੀ ਮੈਂ ਮੁੰਡਾ ਜੀ ਮੈਂ ਨਾਲ ਜਾਣਾ ਚਾਹੁੰਦਾ ਜੀ ਜਾਂ ਮੈਂ ਖਰਚਾ ਕਰ ਦੂੰਗਾ, ਉਹ ਭਲਿਆ ਲੋਕਾਂ ਪਹਿਲਾਂ ਕੁਛ ਤਾਂ ਵੇਖ ਲੈ। ਮੇਰੇ ਕੋਲ ਐਸੇ ਐਸੇ ਕੇਸ ਵੀ ਆਏ ਨੇ ਜਿਹਦੇ ਵਿੱਚ ਇੰਡੀਆ ਦੀਆਂ ਕੁੜੀਆਂ ਨੇ ਆਲਰੇਡੀ ਵਿਆਹ ਕਰਾਇਆ ਸੀ, ਉਸ ਤੋਂ ਬਾਅਦ ਉਹ ਵਿਆਹ ਤਲਾਕ ਲਏ ਬਿਨਾਂ ਅਖਬਾਰ ਚ ਐਡ ਵੀ ਦੇ ਦਿੱਤੀ। ਅੱਛਾ। ਅਖਬਾਰ ਚ ਐਡ ਦੇਣ ਤੋਂ ਬਾਅਦ ਨਵਾਂ ਵਿਆਹ ਵੀ ਕਰਾ ਲਿਆ, ਬਾਹਰ ਵੀ ਚਲੀ ਗਈ, ਬਾਹਰ ਜਾ ਕੇ ਨਵੇਂ ਮੁੰਡੇ ਨੂੰ ਵੀ ਨਹੀਂ ਸੱਦਿਆ ਤੇ ਉਹਦੇ ਪੈਸੇ ਵੀ ਠੱਗ ਗਏ। ਉਹਨਾਂ ਦੇ ਖਿਲਾਫ ਪਰਚੇ ਵੀ ਹੋਏ ਨੇ, ਪਰਿਵਾਰ ਦੇ ਖਿਲਾਫ ਵੀ ਪਰਚੇ ਹੋਏ ਨੇ। ਤੇ ਉਸ ਕਹਿਣ ਦਾ ਭਾਵ ਹੈ ਕਿ ਜਦੋਂ ਨੀਤ ਬਦਨੀਤ ਹੋ ਚੁੱਕੀ ਹੈ, ਮਤਲਬ ਆਪਾਂ ਕਿੰਨਾ ਪਵਿੱਤਰ ਰਿਸ਼ਤਾ ਮੰਨਦੇ ਸੀ ਇੱਕ ਪਤੀ ਪਤਨੀ ਦਾ, ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਨੇ ਆਪਣੇ ਘਰ ਚ ਲਿਖਿਆ ਤੇ ਇੱਥੇ ਸੰਯੋਗ ਹੋ ਰਹੇ ਨੇ, ਅਸੀਂ ਈਵਨ ਆਪਣੇ ਸੰਬੰਧ ਬਣਾਉਣ ਲੱਗਿਆ ਵੀ ਇਹ ਨਹੀਂ ਧਿਆਨ ਦਿੰਦੇ ਕਿ ਅਸੀਂ ਇਸ ਚੀਜ਼ ਨੂੰ ਚੰਗਾ ਕਰ ਰਹੇ ਹਾਂ ਮਾੜਾ ਕਰ ਰਹੇ ਹਾਂ। ਸੋ ਕਾਨੂੰਨ ਤੌਰ ਤੇ ਜੇ ਵੇਖਿਆ ਜਾਵੇ ਤੇ ਇੱਕ ਫਰਾਡ ਹੋ ਰਿਹਾ, ਜਿਹੜਾ ਕਿ ਦੋ ਮੁੰਡੇ ਕੁੜੀ ਸਿਰਫ ਉਹਦੀ ਗੱਲ ਨਹੀਂ ਹੈ, ਪੂਰੇ ਪਰਿਵਾਰ ਨਾਲ, ਔਰ ਉਹਦੀ ਬੁਰਾਈ ਪੂਰੇ ਸਮਾਜ ਤੇ ਪੈ ਰਹੀ ਹੈ ਜਿਹਦੇ ਕਰਕੇ ਕੁਛ ਚੰਗੇ ਲੋਕਾਂ ਦਾ ਵੀ ਨੁਕਸਾਨ ਹੋ ਰਿਹਾ। ਫਿਰ ਦੂਸਰਾ ਮੁੱਦਾ ਆ ਜਾਂਦਾ ਕਿ ਮੁੰਡਾ ਬਾਹਰ ਹੈ ਜਾਂ ਕੁੜੀ ਬਾਹਰ ਹੈ ਤੇ ਦੂਜਾ ਪਾਰਟਨਰ ਇੱਥੇ ਹੈ।
ਜਦੋਂ ਅਸੀਂ ਵਿਆਹ ਕਰਦੇ ਹਾਂ ਕਿਸੇ ਵੀ ਆਪਣੇ ਬੱਚੇ ਦਾ, ਸਾਡਾ ਬੱਚਾ ਤਾਂ ਕੀਮਤੀ ਹੈ ਨਾ ਜੀ ਸਾਡੇ ਲਈ। ਜੀ ਬਿਲਕੁਲ। ਜੇ ਅਸੀਂ ਉਹਦੇ ਵਿਆਹ ਦੇ 20 ਲੱਖ, 10 ਲੱਖ, 15 ਲੱਖ, 30 ਲੱਖ ਖਰਚ ਸਕਦੇ ਹਾਂ ਤੇ ਕਿਉਂ ਨੀ 1 ਲੱਖ ਰੁਪਇਆ ਖਰਚ ਕੇ ਟਿਕਟ ਲੈ ਕੇ ਅਮਰੀਕਾ ਜਾ ਕੇ ਉਹਦੇ ਬਾਰੇ ਪੁੱਛਤਾਛ ਕਰਦੇ ਜਾਂ ਉੱਥੋਂ ਦੇ ਕਿਸੇ ਭੈਣ ਭਰਾ ਨੂੰ ਉਹਦੇ ਬਾਰੇ ਪਤਾ ਕਰਾਉਂਦੇ। ਅਸਲ ਚ ਪਤਾ ਕੀ ਗੱਲ ਹੈ, ਲੋਕਾਂ ਨੂੰ ਐਂ ਲੱਗਦਾ ਕਿ ਸ਼ਾਇਦ ਜਿਹੜਾ ਸਾਡਾ ਰਿਸ਼ਤੇਦਾਰ ਹੈ, ਸਾਡਾ ਭੈਣ ਭਰਾ ਹੈ ਨਾ, ਉਹ ਕਿਤੇ ਭਾਨੀ ਨਾ ਮਾਰ ਦੇ, ਇਸ ਕਰਕੇ ਉਹ ਕਿਸੇ ਰਿਸ਼ਤੇਦਾਰ ਨੂੰ ਜਾਂ ਉਧਰ ਦੇ ਕਿਸੇ ਜਾਣਕਾਰ ਨੂੰ ਵਿੱਚ ਇਨਵੋਲਵ ਹੀ ਨਹੀਂ ਕਰਨਾ ਚਾਹੁੰਦੇ। ਬਿਲਕੁਲ ਤੁਸੀਂ ਠੀਕ ਕਹਿੰਦੇ ਪਏ ਹੋ, ਫਿਰ ਆਪ ਚਲੇ ਜਾਓ। ਜੇ ਤੁਸੀਂ ਰਿਸ਼ਤੇਦਾਰ ਨੂੰ ਨਹੀਂ ਦੱਸਣਾ ਚਾਹੁੰਦੇ ਆਪ ਚਲੇ ਜਾਓ। ਕੋਈ ਲੀਗਲ ਡਾਕੂਮੈਂਟ ਅਸੀਂ ਕ੍ਰੀਏਟ ਕਰ ਸਕਦੇ ਹਾਂ, ਕਿਸੇ ਵਕੀਲ ਨੂੰ ਵਿੱਚ ਪਾ ਲਓ, ਕਿਉਂਕਿ ਉਸ ਤੋਂ ਬਾਅਦ ਚੋਂ ਜਦੋਂ ਤੁਸੀਂ ਵਕੀਲਾਂ ਕੋਲ ਜਾ ਕੇ ਧੱਕੇ ਖਾਂਦੇ ਹੋ, ਕਚਹਿਰੀਆਂ 'ਚ ਜਾ ਕੇ ਧੱਕੇ ਖਾਂਦੇ ਹੋ, ਫਿਰ ਤੁਸੀਂ ਪਰੇਸ਼ਾਨ ਹੁੰਦੇ ਹੋ, ਉੱਚੀ ਉੱਚੀ ਰੋ ਕੇ ਵਿਖਾਉਂਦੇ ਹੋ, ਤੇ ਉਸ ਲੋਨ ਨੂੰ ਬਚਾਉਣ ਲਈ ਐਟਲੀਸਟ ਤੁਸੀਂ ਆਪਸ 'ਚ ਉਹ ਸ਼ਰਤਾਂ ਪਹਿਲਾਂ ਖੋਲੋ। ਆਫਟਰ ਆਲ ਤੁਹਾਡੀ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ, ਕੱਲ ਨੂੰ ਤੁਹਾਨੂੰ ਹੀ ਉਹਨੂੰ ਸਾਂਭਣਾ ਪੈਣਾ, ਸੜਕ ਤੇ ਸੁੱਟ ਨਹੀਂ ਸਕਦੇ। ਐਸੇ ਕੇਸ ਵੀ ਦੇਖੇ ਆ ਕਿ ਇੱਥੋਂ ਲੜਕਾ ਜਾਂ ਲੜਕੀ ਵਿਆਹ ਕੇ ਚਲਾ ਗਿਆ, ਜਾਣ ਤੋਂ ਬਾਅਦ ਉੱਥੇ ਉਹਨੂੰ ਘਰੋਂ ਕੱਢ ਦਿੱਤਾ ਗਿਆ, ਸੋ ਕਈ ਉਹ ਹੁਣ ਇਕੱਲਾ ਬੱਚਾ ਉੱਥੇ, ਮੁੰਡਾ ਹੈ ਚਾਹੇ ਕੁੜੀ ਹੈ, ਔਰ ਉਹ ਕਿਸ ਤਰ੍ਹਾਂ ਕਾਨੂੰਨੀ ਮਤਲਬ ਕਈ ਲੜਕੀਆਂ ਜਾਂ ਕਈ ਲੜਕਿਆਂ ਨੇ ਨੂੰ ਉੱਥੇ ਹੋਸਟਲ ਮਿਲੇ ਨੇ ਸਰਕਾਰ ਵੱਲੋਂ ਕਿ ਤੁਸੀਂ ਕੁਛ ਦਿਨ ਇੱਥੇ ਰਹਿ ਲਓ, ਫਿਰ ਉਹ ਸ਼ਿਓਰਟੀਜ਼ ਭਰਨ ਤੋਂ ਬਾਅਦ ਉਹ ਬਾਹਰ ਆਉਂਦੇ ਨੇ, ਪਬਲਿਕ ਪਲੇਸ ਤੇ ਆਉਂਦੇ ਨੇ, ਸੋ ਤੁਹਾਡੀਆਂ ਪ੍ਰੋਪਰਟੀਆਂ ਵੰਡੀਆਂ ਜਾਂਦੀਆਂ, ਮਤਲਬ ਕਲੇਸ਼ ਦਾ ਕਾਰਨ ਬਣਦਾ। ਤੇ ਕਿਉਂ ਆਪਾਂ ਇੰਨੇ ਕਾਹਲੇ ਪੈਂਦੇ ਆ, ਉੱਥੇ ਕਿਹੜਾ ਜਾਂਦੇ ਆ ਸੋਨੇ ਦੇ ਬਿਸਕੁਟ ਲੱਗੇ ਵਿਕਸ਼ਾ ਨੂੰ ਕਿ ਜਾਂਦੇ ਆ ਪੁੱਟ ਲੈਣੇ ਨੇ, ਕਰਨੀਆਂ ਤੇ ਜਾ ਕੇ ਟੋਇਲਟ ਸਾਫ਼ ਹੀ ਆ ਤੁਸੀਂ, ਤੇ ਕਿਉਂ ਨਾ ਤੁਸੀਂ ਥੋੜਾ ਪੜ੍ਹਾਈ ਕਰੋ, ਥੋੜੇ ਇੱਜ਼ਤਦਾਰ ਤਰੀਕੇ ਨਾਲ ਜਾਓ, ਜਾਣ ਤੋਂ ਬਾਅਦ, ਜਾਣ ਤੋਂ ਪਹਿਲਾਂ ਤੇ ਜਾਣ ਤੋਂ ਬਾਅਦ ਦੋਨੋਂ ਪਰਿਵਾਰ ਆਪਣੇ ਆਪਸ ਚ ਗੱਲਾਂ ਖੋਲੋ, ਪਰਿਵਾਰ ਦੀਆਂ ਗੱਲਾਂ ਖੋਲੋ, ਤੇ ਆਪਣੇ ਆਪ ਨੂੰ ਤੇ ਸਮਾਜ ਨੂੰ ਇਸ ਬੁਰਾਈ ਤੋਂ ਬਚਾਓ। ਫਰੌਡ ਬੜੀ ਤਰ੍ਹਾਂ ਦੇ ਕਰਦੇ ਪਏ ਨੇ ਲੋਕ, ਇਹੋ ਜਿਹੇ ਕੇਸ ਆਏ ਨੇ ਕਿ ਲੜਕੇ ਨੇ ਇੱਥੇ ਕੈਨੇਡਾ ਦੀ ਲੜਕੀ ਨੇ ਸ਼ਾਦੀ ਕੀਤੀ, ਕਰਨ ਤੋਂ ਬਾਅਦ ਫੋਰਨ ਗਿਆ, ਬੱਚਾ ਪੈਦਾ ਹੋਇਆ, ਬੱਚਾ ਪੈਦਾ ਹੋਣ ਤੋਂ ਬਾਅਦ, ਬੱਚਾ ਪੈਦਾ ਹੋਣ ਦੇ ਦੌਰਾਨ ਜਿਹੜੇ 9-10 ਮਹੀਨੇ ਸਾਲ ਲੱਗ ਗਿਆ, ਉਹਦੇ ਦੌਰਾਨ ਉਹ ਮੁੰਡੇ ਦੇ PR ਦੇ ਕਾਰਡ ਬਣ ਗਏ, ਜਦੋਂ ਉਹ ਉੱਧਰ ਪੱਕਾ ਹੋ ਗਿਆ ਤੇ ਉੱਧਰ ਨੂੰ ਉੜਨ ਛੂ ਹੋ ਗਿਆ, ਲੱਭਾ ਹੀ ਨਹੀਂ ਕਿੱਥੇ ਗਿਆ। ਸੋ ਮਤਲਬ ਐਸੇ ਕਈ ਮੁੱਦੇ ਨੇ, ਮਤਲਬ ਜਦੋਂ ਜਾਣਾ ਹੈ ਉਸ ਵੇਲੇ ਦੀਆਂ ਫਿਕਰਾਂ, ਉਸ ਵੇਲੇ ਦੀਆਂ ਗੱਲਾਂ ਹੋਰ ਨੇ, ਜਾਣ ਤੋਂ ਬਾਅਦ ਬਿਆਨ ਹੀ ਬਿਲਕੁਲ ਬਦਲ ਜਾਂਦੇ ਲੋਕ ਬਿਆਨ। ਮੈਂ ਕਿਹਾ ਉਸ ਲੜਕੀ ਨੂੰ ਤੇ ਤੁਸੀਂ ਮਤਲਬ, ਜਾਂ ਫਿਰ ਤੂੰ ਬੱਚਾ ਹੀ ਨਾ ਪੈਦਾ ਕਰਨਾ, ਉਹ ਕੁੜੀ ਦੀ ਤਾਂ ਜ਼ਿੰਦਗੀ ਬਰਬਾਦ ਹੋ ਗਈ, ਉਸ ਲੜਕੀ ਦੀ ਜ਼ਿੰਦਗੀ ਬਰਬਾਦ ਹੋ ਗਈ, ਉਸ ਪਰਿਵਾਰ ਦੀ ਜ਼ਿੰਦਗੀ ਬਰਬਾਦ ਹੋ ਗਈ, ਔਰ ਉਹ ਕੇਸ ਕਰੇ ਤੇ ਕਰੇ ਕਿੱਥੇ, ਇੰਡੀਆ ਚ ਵੀ ਕਰੇ ਤੇ ਪਤਾ ਲੱਗਦਾ ਘਰ ਨੂੰ ਤਾਲਾ ਵੱਜਿਆ ਜੀ, ਸਾਰੇ ਬਾਹਰ ਗਏ ਨੇ, ਤੇ ਬਾਹਰ ਦਾ ਟਿਕਾਣਾ ਹੀ ਨਹੀਂ ਪਤਾ, ਜਿਹੜੇ ਰਿਸ਼ਤੇਦਾਰ ਵਿੱਚ ਪਏ ਨੇ ਉਹ ਪੈੜਾ ਛਡਾ ਲੈਂਦੇ ਨੇ। ਸੋ ਮਤਲਬ ਪਰੇਸ਼ਾਨੀਆਂ ਜ਼ਰੂਰਤ ਨੂੰ ਜ਼ਿਆਦਾ ਵੱਧ ਗਈਆਂ ਨੇ, ਉਹਨਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਜਿਵੇਂ ਫੋਰਨ ਦੇ ਹਾਲ ਸੀ ਕਿ ਲੋਕ ਵਿਆਹ ਹੀ ਨਹੀਂ ਕਰਾਉਂਦੇ, ਲਿਵਿੰਗ ਇਨ ਰਿਲੇਸ਼ਨਸ਼ਿਪ ਚ ਰਹਿੰਦੇ ਨੇ, ਔਰ ਬੱਚਾ ਹੋਏਗਾ ਤੇ ਕੌਣ ਸਾਂਭੇਗਾ, ਕੌਣ ਉਹਨੂੰ ਕਿੰਨੇ ਪੈਸੇ ਦੇਵੇਗਾ, ਸ਼ਾਇਦ ਵਿਆਹ ਦਾ ਜਿਹੜਾ ਪਵਿੱਤਰ ਬੰਧਨ ਹੈ ਹੋਰ 5-10 ਸਾਲਾਂ ਤੱਕ ਇਹਦਾ ਰਿਵਾਜ ਮੁੱਕ ਜਾਏਗਾ। ਲੇਕਿਨ ਇਹ ਸਾਡੇ ਕਲਚਰ ਵਾਸਤੇ ਤਾਂ ਬੜੀ ਮਾੜੀ ਗੱਲ ਹੈ, ਕਿਉਂਕਿ ਅਸੀਂ ਜਿਸ ਕਲਚਰ ਨੂੰ ਬਿਲੋਂਗ ਕਰਦੇ ਹਾਂ ਉੱਥੇ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇੱਕ ਨਜਾਇਜ਼ ਜਿਹੜਾ ਸ਼ਬਦ ਹੈ ਉਹ ਜ਼ਰੂਰ। ਦੁਨੀਆ ਦਾ ਸਭ ਤੋਂ ਪੁਰਾਣਾ ਕਲਚਰ ਸਾਡਾ ਕਲਚਰ ਹੈ ਆਰਿਆਵਰਤ ਜੀ, ਸ਼ੁਰੂਆਤ ਕਹਿੰਦੇ ਨੇ ਸਾਡੇ ਗ੍ਰੰਥ ਕਹਿੰਦੇ ਨੇ ਕਿ ਸ਼ੁਰੂਆਤ ਆਰਿਆਵਰਤ ਤੋਂ ਹੋਈ ਸੀ, ਤੇ ਉਸ ਤੋਂ ਬਾਅਦ ਸਾਰੇ ਧਰਮ, ਕੋਈ 400 ਸਾਲ ਪੁਰਾਣਾ, ਕੋਈ 500 ਸਾਲ ਪੁਰਾਣਾ, ਕੋਈ 1000 ਸਾਲ ਪੁਰਾਣਾ। ਸੋ ਮਰਿਆਦਾ ਜੇ ਮੁੱਕਦੀ ਜਾਏਗੀ ਤੇ ਕਾਨੂੰਨ ਵੀ ਉੱਥੇ ਕੀ ਕਰ ਲੈਗੇ ਜੀ, ਮਤਲਬ ਹੱਲ ਕੀ ਹੋ ਸਕਦਾ, ਕੋਈ ਹੱਲ ਹੈਗਾ ਜਿੱਥੇ ਧੱਕਾ ਹੋ ਰਿਹਾ ਵਾ ਉਹਨਾਂ ਨੂੰ ਸੋਲੂਸ਼ਨ ਮਿਲ ਜਾਊਗਾ, ਜੇ ਤੁਹਾਡੇ ਨਾਲ ਕਿਸੇ ਤਰੀਕੇ ਨਾਲ ਰਾਬਤਾ ਕਰਦੇ ਨੇ, ਉਹਨਾਂ ਦਾ ਹੱਲ ਮਿਲੂਗਾ ਕਿਸ ਤਰੀਕੇ ਨਾਲ ਮਿਲ ਸਕਦਾ। ਦੇਖੋ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜੇ ਆਪਾਂ ਪ੍ਰੀਵੈਂਸ਼ਨ ਚ ਨਹੀਂ ਕੱਟ ਸਕਦੇ ਜ਼ਿੰਦਗੀ ਕਿ ਅਸੀਂ ਗਲਤੀ ਹੋਣ ਤੋਂ ਬਚਾ ਲਈਏ ਕਿਸੇ ਵੀ ਕਾਰਨ ਕਰਕੇ, ਤੇ ਡੈਫੀਨੇਟਲੀ ਕਿਉਰ ਤੇ ਕਰਨਾ ਹੀ ਪੈਣਾ, ਦਵਾਈ ਤੇ ਦੇਣੀ ਪਏਗੀ। ਸੋ ਸਾਡੇ ਕਲਾਇੰਟ ਜਿਹੜੇ ਸਾਨੂੰ ਆ ਕੇ ਆਪਣੀ ਫਿਰ ਸਟੋਰੀ ਸੁਣਾਉਂਦੇ ਨੇ, ਮੇਰੀ ਜੂਨੀਅਰ ਟੀਮ ਉਹਨਾਂ ਨਾਲ ਲਾਇਜ਼ਨ ਕਰਦੀ ਹੈ, ਅਸੀਂ ਉਹਨਾਂ ਦਾ ਇੱਕ ਇਵੈਂਟ ਚਾਰਟ ਬਣਾਉਂਦੇ ਹਾਂ, ਮਤਲਬ ਅਸੀਂ ਕਹਿੰਦੇ ਹਾਂ ਠੀਕ ਹੈ ਜੀ ਤੁਸੀਂ ਸਭ ਤੋਂ ਪਹਿਲੇ ਦਿਨ ਕਿੱਦਣ ਮਿਲੇ, ਉਹਦੀ ਤਰੀਕ ਪਾਉਂਦੇ ਹਾਂ, ਉਹਦੇ ਤੇ ਇਵੈਂਟ ਲਿਖਦੇ ਹਾਂ, ਉਹਦੀਆਂ ਕੋਈ ਫੋਟੋਆਂ ਖਿੱਚੀਆਂ ਜਾਂ ਕੋਈ ਆਪਸ ਗਿਫਟ ਐਕਸਚੇਂਜ ਹੋਏ ਨੇ ਉਹਦੇ ਬਾਰੇ ਗੱਲ ਕਰਦੇ ਹਾਂ। ਸੋ ਇਵੈਂਟ ਚਾਰਟ ਬਣਦਾ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਦੀ ਸਟੋਰੀ ਦਾ, ਵੀ ਅੱਜ ਤੱਕ ਤੁਸੀਂ ਇੱਕ ਦੂਜੇ ਪ੍ਰਤੀ ਕੀ ਕਰ ਚੁੱਕੇ ਹੋ, ਕਿਹੜੀ ਕਿਹੜੀ ਅਥਾਰਟੀ ਨਾਲ ਰਾਬਤਾ ਕਾਇਮ ਕਰ ਚੁੱਕੇ ਹੋ, ਤੁਹਾਨੂੰ ਕੀ ਹੁਣ ਤੱਕ ਰਿਲੀਫ ਮਿਲਿਆ ਜਾਂ ਨਹੀਂ ਮਿਲਿਆ। ਈਵੈਂਟ ਚਾਰਟ ਬਣਨ ਤੋਂ ਬਾਅਦ ਫਿਰ ਸਾਡਾ ਕੰਮ ਸ਼ੁਰੂ ਹੁੰਦਾ ਡਰਾਫਟਿੰਗ ਦੇ ਉੱਪਰ, ਅਸੀਂ ਫਿਰ ਲੀਗਲ ਡਰਾਫਟਿੰਗ ਕਰਦੇ ਹਾਂ ਕੰਪਲੇਂਟ ਦੀ, ਵੀ ਉਹਦੇ ਵਿੱਚ ਇਸ਼ੂ ਫਰੇਮ ਕਰਦੇ ਹਾਂ ਕਿ ਇਹਦੇ ਵਿੱਚ ਕੀ ਇਲੀਗਲ ਕੰਮ ਹੋਇਆ, ਕਿਆ ਵਿਆਹ ਫੇਕ ਸੀ, ਪਹਿਲਾਂ ਉਸ ਲੜਕੀ ਨੇ ਵਿਆਹ ਕਰਾਇਆ ਸੀ, ਦੂਜਾ ਵਿਆਹ ਮੇਰੇ ਨਾਲ ਕਰਾਉਂਦੀ ਹੈ ਝੂਠ ਬੋਲ ਕੇ,
ਜਾਂ ਮੁੰਡੇ ਨੇ ਦੂਜਾ ਵਿਆਹ ਕਰਾਇਆ ਜਾਂ ਤੀਜਾ ਵਿਆਹ ਕਰਾਇਆ, ਮਤਲਬ ਇੱਥੇ ਤੇ ਮੇਰੇ ਕੋਲ ਇਹੋ ਜਿਹੇ ਕੇਸ ਹੈ, ਅੱਠ ਅੱਠ ਵਿਆਹ ਕਰਾਏ ਨੇ, ਇੱਕ ਸਾਲ ਚ ਇੱਕ ਵਿਆਹ, ਔਰ ਉਹਨੂੰ ਗੈਰ ਕੀਤਾ, ਮੁੰਡੇ ਵਾਲੇ ਕੋਲ ਪੈਸੇ ਲੁੱਟੇ, ਅਗਲੇ ਪਾਸੇ ਗਏ। ਸੋ ਮੈਂ ਉਸ ਪਰਿਵਾਰ ਨੂੰ ਵੀ, ਉਹ ਡੋਲੀ ਕੀ ਡੋਲੀ ਨੂੰ ਵੀ ਮੈਂ ਅੰਦਰ ਕਰਾਇਆ, ਉਹਦੇ ਪੂਰੇ ਪਰਿਵਾਰ ਨੂੰ ਅੰਦਰ ਕਰਾਇਆ ਜਿਹੜੇ ਇਹਨੂੰ ਕੁਛ ਕਰਦੇ ਸੀ, ਡਰਾਇਆ ਧਮਕਾਇਆ, ਪੈਸੇ ਲਿੱਤੇ, ਅੱਗੇ ਚਲੇ ਗਏ। ਸੋ ਅਸੀਂ ਫਿਰ ਕੰਪਲੇਂਟ ਫਰੇਮ ਕਰਦੇ ਹਾਂ। ਕੰਪਲੇਂਟ ਜੇ ਇੰਡੀਆ ਦੇ ਜਿਹੜੇ ਵੀ ਅਦਾਰੇ ਨੂੰ ਦੇਣੀ ਹੈ, ਅਸੀਂ ਉਹ ਕੰਪਲੇਂਟ ਦਿੰਦੇ ਹਾਂ। ਈਵਨ ਮੈਂ ਜਿਹੜਾ ਕੰਮ ਕਰਦਾ ਉਹਦੇ ਵਿੱਚ ਜਿਹੜਾ ਫੋਰਨ ਕੰਟਰੀ ਹੈ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਕੈਨੇਡਾ, ਅਮੈਰੀਕਾ, ਪੁਰਤਗਾਲ, ਸਪੇਨ, ਕਈ ਮੁਲਕ ਨੇ ਜਿਨ੍ਹਾਂ ਤੋਂ ਇੰਗਲੈਂਡ ਹੈ, ਯੂਕੇ ਹੈ, ਈਵਨ ਉੱਥੋਂ ਦੀਆਂ ਵੀ ਜਿੰਨੀਆਂ ਪੁਲਿਸ ਅਥਾਰਿਟੀਜ਼ ਔਰ ਬਾਕੀ ਅਥਾਰਿਟੀਜ਼ ਨੇ, ਜਿਵੇਂ ਜਿਵੇਂ ਆਸਟ੍ਰੇਲੀਆ ਦੀ ਗੱਲ ਕਰਾਂ ਤੇ ਉੱਥੇ ਇੱਕ ਡਿਪਾਰਟਮੈਂਟ ਆਉਂਦਾ ਹੈ, ਲਾਈਫ ਕੇਅਰ ਡਿਪਾਰਟਮੈਂਟ, ਇਹੋ ਜਿਹੇ ਅਦਾਰਿਆਂ ਨੂੰ ਅਸੀਂ ਇੱਥੋਂ ਕੰਪਲੇਂਟ ਪਾਉਂਦੇ ਹਾਂ। ਸੋ ਨੋ ਡਾਊਟ 2-3 ਮਹੀਨਿਆਂ ਬਾਅਦ ਉਹਦਾ ਸਾਨੂੰ ਰਿਪਲਾਈ ਜ਼ਰੂਰ ਆਉਂਦਾ ਹੈ ਕਿ ਯੈਸ ਵੀ ਹੈਵ ਰਿਸੀਵਡ ਯੂਅਰ ਕੰਪਲੇਂਟ, ਅਤੇ ਤੁਸੀਂ ਕਾਈਂਡਲੀ ਆਪਣੇ ਸਾਰੇ ਪਰੂਫ ਵਗੈਰਾ ਸਾਨੂੰ ਭੇਜੋ, ਸਾਨੂੰ ਜੋ ਜੋ ਕੰਪਲੇਂਟਾਂ ਤੁਸੀਂ ਕੀਤੀਆਂ ਉਹ ਭੇਜੋ। ਅਤੇ ਜਿਵੇਂ ਕੈਨੇਡਾ ਦਾ ਡਿਪਾਰਟਮੈਂਟ ਹੈ CBA, ਜਿਹੜਾ ਇਮੀਗ੍ਰੇਸ਼ਨ ਨੂੰ ਡੀਲ ਕਰਦਾ, ਜਿੱਥੇ ਉਸ ਲੜਕੀ ਲੜਕੇ ਨੇ ਇਮੀਗ੍ਰੇਸ਼ਨ ਪਾਈ ਹੋਏਗੀ, ਅਤੇ ਇਹੋ ਜਿਹੀ ਕੰਪਲੇਂਟ ਪੈਣ ਤੋਂ ਬਾਅਦ ਉਹ ਉਹਦੇ 'ਤੇ ਰੋਕ ਲੱਗਦੀ ਹੈ। ਸੋ ਸ਼ਿਕੰਜਾ ਕੱਸਿਆ ਜਾਂਦਾ ਹੈ, ਨੋ ਡਾਊਟ, ਉੱਥੇ ਵੀ ਕੰਪਲੇਂਟਾਂ ਪੈਰਲਲੀ ਚੱਲ ਜਾਂਦੀਆਂ, ਇੰਡੀਆ 'ਚ ਵੀ ਕੰਪਲੇਂਟਾਂ ਪੈਰਲਲੀ ਚੱਲ ਜਾਂਦੀਆਂ, ਔਰ ਅਲਟੀਮੇਟਲੀ ਰਿਲੀਫ ਮਿਲਦਾ ਜਦੋਂ ਸਾਹਮਣੇ ਵਾਲੀ ਪਾਰਟੀ ਨੂੰ ਚੁੰਡੀ ਭੋਰੀ ਜਾਂਦੀ ਹੈ ਜਿੰਨੇ ਗਲਤ ਕੰਮ ਕੀਤਾ ਹੈ, ਤੇ ਫਿਰ ਉਹ ਟੇਬਲ ਤੇ ਬੈਠਦੇ ਨੇ, ਟੇਬਲ ਤੇ ਬੈਠ ਕੇ ਜੋ ਵੀ ਫਿਰ ਪੈਸਿਆਂ ਦਾ ਆਪਸੀ ਲੈਣ ਦੇਣ ਜਾਂ ਜੋ ਵੀ ਟਰਮਸ ਦੋਨਾਂ ਪਾਰਟੀਆਂ ਨੂੰ ਆਪਸ ਮਨਜ਼ੂਰ ਹੋਣ, ਉਹਦੇ ਮੁਤਾਬਕ ਫਿਰ ਅਸੀਂ ਉਹਨੂੰ ਕਲੋਜ਼ ਕਰਾ ਕੇ ਉਹਦਾ ਫਿਰ ਫਾਈਨਲੀ ਉਸ ਚੋਂ ਨਿਕਲ ਸਕਦਾ ਬੰਦਾ। ਇੱਥੇ ਗੱਲ ਜਿਹੜੀ ਸੁਨੀਲ ਸਾਹਿਬ, ਮੈਂ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹੂੰਗੀ ਕਿ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ, ਇਮੀਗ੍ਰੇਸ਼ਨ ਵਾਲਿਆਂ ਕੋਲ ਚਲੇ ਜਾਂਦੇ ਨੇ ਲੋਕ, ਏਜੈਂਟਸ ਕੋਲ ਚਲੇ ਜਾਂਦੇ ਨੇ, ਲੋਇਰਸ ਕੋਲ ਨਹੀਂ ਜਾਂਦੇ ਹੈਗੇ। ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ ਕਿ ਜਿਹੜੇ ਬੰਦੇ ਨੇ ਸਪੈਸ਼ਲ ਪੜ੍ਹਾਈ ਕੀਤੀ ਹੈ, ਜਿਹੜੇ ਬੰਦੇ ਨੂੰ ਤਜ਼ਰਬਾ ਆ, ਉਹ ਤੁਹਾਨੂੰ ਸਹੀ ਸਲਾਹ ਦੇ ਸਕਦਾ ਨਾ, ਕਿਉਂਕਿ ਉਹਨਾਂ ਨੇ ਤੁਹਾਡੇ ਪੈਸੇ ਲੈ ਲੈਣੇ, ਤੁਹਾਡਾ ਟਾਈਮ ਖਰਾਬ ਕਰਨਾ, ਸ਼ਾਰਟ ਟਰਮ ਲਈ ਸ਼ਾਇਦ ਤੁਹਾਨੂੰ ਲੱਗੂਗਾ ਕਿ ਉਹ ਤੁਹਾਨੂੰ ਸਹੀ ਰਸਤੇ ਤੇ ਪਾ ਰਹੇ ਨੇ, ਲੇਕਿਨ ਕੋਈ ਵੀ ਵਕੀਲ ਆ ਉਹ ਤੁਹਾਨੂੰ ਗਲਤ ਰਸਤੇ ਤੇ। ਡੈਫੀਨੇਟਲੀ ਮੈਮ, ਸਾਡੇ ਕੋਲ ਉਹਦੀ ਕੁਆਲੀਫਿਕੇਸ਼ਨ ਹੈ, ਸਾਡੇ ਕੋਲ ਉਹਦੀ ਪ੍ਰੈਕਟਿਸ ਦਾ ਕੁਝ ਸਮਾਂ ਹੈ, ਸਾਡੇ ਕੋਲ ਉਹਦਾ ਲਾਇਸੈਂਸ ਹੈ, ਲਾਇਸੈਂਸ ਟੂ ਕੰਟੈਸਟ, ਕਿ ਅਸੀਂ ਤੁਹਾਨੂੰ ਤੁਹਾਡੇ ਲੀਗਲ ਰਿਪ੍ਰੈਜੈਂਟੇਟਿਵ ਹੋਣ ਨਾਲ ਅਸੀਂ ਅਦਾਲਤ ਚ, ਪੁਲਿਸ ਅੱਗੇ ਜਾਂ ਕਿਸੇ ਵੀ ਅਥਾਰਟੀ ਅੱਗੇ ਅਸੀਂ ਤੁਹਾਡਾ ਪੱਖ ਰੱਖ ਸਕੀਏ। ਔਰ ਡੈਫੀਨੇਟਲੀ ਮੈਂ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ ਸਾਰਿਆਂ ਨੂੰ ਕਿ ਜੇ ਮੇਰੇ ਕੋਲ ਮੰਨ ਲਓ ਦੁੱਧ ਹੈ, ਪਾਣੀ ਹੈ, ਚਾਹ ਪੱਤੀ ਹੈ, ਬਰਤਨ ਹੈ, ਗੈਸ ਹੈ, ਕੀ ਬਣਾਵਾਂਗੇ? ਹਾਂ, ਬਸ ਇੰਨਾ ਕੀ ਫਰਕ ਹੈ? ਇਹ ਮੈਂ ਦਰਸ਼ਕਾਂ ਨੂੰ ਸਮਝਾਉਣਾ ਚਾਹੁੰਦਾ ਵੀ ਜਦੋਂ ਤੁਸੀਂ ਕਿਸੇ ਪ੍ਰੋਫੈਸ਼ਨਲ ਕੋਲ ਜਾਓਗੇ, ਸਵਾਦ ਚਾਹ ਬਣਾਏਗਾ। ਚਾਹ ਤੇ ਸਵਾਦ ਚਾਹ ਜਿੰਨਾ ਫਰਕ ਹੈ, ਚਾਹ ਤੇ ਸਵਾਦ ਚਾਹ ਬਹੁਤ ਫਰਕ ਹੈ, ਬਹੁਤ ਜ਼ਿਆਦਾ ਫਰਕ ਹੈ। ਚਾਹ ਤੇ ਕੋਈ ਵੀ ਬਣਾ ਲੇਗਾ, ਮੀਨਸ ਸਲਾਹ ਤੇ ਤੁਹਾਨੂੰ ਕੋਈ ਵੀ ਦੇ ਦੇਗਾ। ਜਿਹੜੇ ਬੰਦੇ ਨੇ ਕਦੀ ਜ਼ਿੰਦਗੀ ਚ ਕੋਰਟ ਦਾ ਸੀਨ ਨਹੀਂ ਵੇਖਿਆ, ਉਹ ਵੀ ਤੁਹਾਨੂੰ ਜੱਜ ਬਣ ਕੇ ਤੁਹਾਡੇ ਫੈਸਲੇ ਸੁਣਾਉਣ ਲੱਗ ਪਏਗਾ। ਸਾਡੇ ਇੰਡੀਆ ਚ ਤੇ ਇੱਕ ਬੜੀ ਵੱਡੀ ਮੁਸੀਬਤ ਹੈ, ਕਿਸੇ ਨੂੰ ਜਾ ਕੇ ਦੋ ਯਾਰ ਭੈਣ ਜੀ ਤੁਸੀਂ ਬੜੇ ਸਿਆਣੇ ਹੋ, ਦੱਸਿਓ ਜਰਾ ਮੇਰੀ ਆਹ ਪ੍ਰੋਬਲਮ ਹੈ ਕਿੱਦਾਂ ਸੋਲਵ ਹੋਏਗੀ, ਤੇ ਉਹ ਉਸੇ ਵੇਲੇ ਤੁਹਾਨੂੰ ਮਾਸਟਰ ਜੀ ਬਣ ਜਾਏਗਾ, ਚੌੜਾ ਹੋ ਜਾਏਗਾ, ਤੇ ਤੁਹਾਨੂੰ ਏਡੀਆਂ ਲੰਬੀਆਂ ਲੰਬੀਆਂ ਗੱਲਾਂ ਸੁਣਾਏਗਾ ਜਿਹਦਾ ਉਹਨੂੰ ਨਾ ਸਿਰ ਪਤਾ ਹੈ ਨਾ ਪੈਰ ਪਤਾ ਨਾ ਉਹਦੀਆਂ ਕੰਸੀਕਵੈਂਸਿਸ। ਬਿਲਕੁਲ, ਲੋਕੀ ਇਦਾਂ ਪ੍ਰਟੈਂਡ ਕਰਦੇ ਨੇ ਵੀ ਸਾਡੇ ਜਿੰਨਾ ਸਿਆਣਾ ਨਹੀਂ ਹੈਗਾ, ਤੇ ਜਿਹੜੇ ਐਕਸਪਰਟ ਹੈਗੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੀ ਕਾਬਿਲੀਅਤ ਨਾਲ ਵੀ ਕੰਪਰੋਮਾਈਜ਼ ਲੋਕਾਂ ਤੋਂ ਕਰਵਾ ਦਿੰਦੇ ਆਪਾਂ। ਗਲਤੀ ਕਿੱਥੇ ਕਰਦੇ ਆ ਕਿ ਪ੍ਰੋਬਲਮ ਸਾਡੀ ਕਾਨੂੰਨੀ ਹੈ ਤੇ ਰਿਕਸ਼ੇ ਤੇ ਚੜੇ ਜਾਂ ਆਟੋ ਤੇ ਚੜੇ ਆਟੋ ਵਾਲੇ ਨੇ ਸਲਾਹ ਹੀ ਪੈ ਜਾਂਦੇ ਆ ਕਿ ਭਾਜੀ ਸਲਾਹ ਦੇ ਦਿਓ, ਪਿੰਡ ਦੇ ਕਿਸੇ ਵੀ ਬੰਦੇ ਕੋਲ ਚਲ ਜਾਂਦੇ ਆ। ਉਹ ਭਾਈ ਤੁਸੀਂ ਜਾਣਾ ਹੈ ਤੇ ਕਿਸੇ ਪ੍ਰੋਫੈਸ਼ਨਲ ਕੋਲ ਜਾਓ ਜਿਹੜਾ ਤੁਹਾਨੂੰ ਸਹੀ ਰਾਏ ਦੇ ਸਕੇ, ਜਿਹਨੇ ਉਹਦੀ ਪੜ੍ਹਾਈ ਕੀਤੀ ਹੈ, ਤੁਹਾਨੂੰ ਉਹਦੇ ਰਸਤੇ ਦੱਸ ਸਕੇ ਵੀ ਤੁਸੀਂ ਇਸ ਲੜਾਈ ਨੂੰ ਕਿਵੇਂ ਲੜਦੇ ਹੋ। ਦੇਖੋ, ਡਾਕਟਰ ਕੋਲ ਜਾਂਦੇ ਹੋ ਬਿਮਾਰੀ ਲੈ ਕੇ, ਕਿਹੜਾ ਟੈਸਟ ਕਰਾਉਣਾ ਡਾਕਟਰ ਸਾਹਿਬ ਦੱਸਦੇ, ਕਿਹੜੀ ਦਵਾਈ ਖਾਣੀ ਡਾਕਟਰ ਸਾਹਿਬ ਦੱਸਦੇ ਆ। ਕਈ ਸਾਡੇ ਕਲਾਇੰਟ ਸਾਡੇ ਕੋਲ ਦਵਾਈ ਨਾਲ ਲੈ ਕੇ ਆਉਂਦੇ ਆ, ਵੇਖੋ ਜੀ ਮੈਂ ਇਹਦਾ ਹੱਲ ਕਰਨਾ। ਸੋ ਉਹਨਾਂ ਨੂੰ ਪੰਗਾ ਲੈਣਾ ਤੇ ਆਉਂਦਾ ਪਰ ਉਹਦੇ ਤੋਂ ਬਚਣਾ ਨਹੀਂ ਆਉਂਦਾ। ਬਿਲਕੁਲ, ਅਸੀਂ ਡਾਕਟਰ ਨੂੰ ਜਾ ਕੇ ਇਹ ਨਹੀਂ ਦੱਸ ਸਕਦੇ ਨਾ ਕਿ ਅਸੀਂ ਇਹ ਦਵਾਈ ਖਾਣੀ ਹੈ। ਹਾਂਜੀ ਹਾਂਜੀ, ਬਿਲਕੁਲ, ਦਵਾਈ ਤੇ ਡਾਕਟਰ ਸਾਹਿਬ ਦੱਸਣਗੇ, ਇਲਾਜ ਡਾਕਟਰ ਸਾਹਿਬ ਦੱਸਣਗੇ, ਵਕੀਲ ਸਾਹਿਬ ਆਪਣਾ ਕਾਨੂੰਨੀ ਨੁਕਤਾ ਦੱਸਣਗੇ ਵੀ ਤੁਸੀਂ ਮੰਨ ਲਓ ਇਹ ਕੰਮ ਕਰਦੇ ਹੋ ਤੇ ਤੁਹਾਨੂੰ ਇਹਦੇ ਚ ਆਹ ਫਾਇਦੇ ਤੇ ਆਹ ਨੁਕਸਾਨ ਹੋ ਸਕਦੇ ਨੇ,
ਕਿਉਂਕਿ ਡਿਫੈਂਸ ਹੋਣਾ ਹੈ ਅੱਗੋਂ ਤੁਹਾਡੀ ਕੰਪਲੇਂਟ ਤੇ ਡਿਫੈਂਸ ਹੋਣਾ ਤੇ ਡਿਫੈਂਸ ਵਿੱਚ ਵੀ ਅੱਗੋਂ ਬੰਬ ਸੁੱਟਿਆ ਜਾਣਾ ਉਹਨਾਂ ਨੇ ਵੀ ਪੁੰਜਵਾ ਨਹੀਂ ਰੱਖਿਆ ਹੋਣਾ ਆਪਣੇ ਕੋਲ ਉਹਨਾਂ ਨੇ ਤੁਹਾਡੇ ਤੋਂ ਵੱਡਾ ਬੰਬ ਬਣਾ ਕੇ ਰੱਖਿਆ ਹੋਣਾ ਇੱਥੇ ਸਾਡੇ ਦਰਸ਼ਕਾਂ ਨੂੰ ਇਹ ਵੀ ਜ਼ਰੂਰ ਦੱਸਣਾ ਚਾਹਾਂਗੇ ਕਿ ਸੁਨੀਲ ਮੱਲਣ ਜੀ ਦਾ ਨਾਮ ਤੁਸੀਂ ਬਹੁਤ ਜ਼ਿਆਦਾ ਸੁਣਿਆ ਹੋਊਗਾ। ਥੋੜਾ ਜਿਹਾ ਫਲੈਸ਼ਬੈਕ ਤੇ ਤੁਹਾਨੂੰ ਝਾਤ ਵੀ ਮਰਵਾ ਦਵਾਂ, ਥੋੜੀ ਜਿਹੀ ਗੱਲ ਵੀ ਤੁਹਾਨੂੰ ਦੱਸ ਦਵਾਂ। ਡੋਲੀ ਦੀ ਜਿੱਦਾਂ ਤੁਸੀਂ ਗੱਲ ਕੀਤੀ ਹੈ, ਇਸ ਤੋਂ ਇਲਾਵਾ ਇਹਨਾਂ ਨੇ 20 ਰੁਪਏ ਦੇ ਪਿੱਛੇ ਪਟਵਾਰੀ ਨੂੰ ਜੇਲ੍ਹ ਵੀ ਕਰਵਾਈ ਸੀ, ਸੋ ਉਹ ਵੀ ਥੋੜਾ ਜਿਹਾ ਨਾ ਜ਼ਿਕਰ ਹੋਣਾ। ਮੈਂ ਦੱਸਦਾ ਜੀ, ਮੈਨੂੰ ਉਸੇ ਪਟਵਾਰੀ ਨੇ ਵਕੀਲ ਬਣਾਇਆ, ਮੈਂ ਉਹਦਾ ਧੰਨਵਾਦ ਕਰਦਾ। ਮੇਰੀ ਬੈਕਗ੍ਰਾਉਂਡ ਜਾਓਗੇ ਤਾਂ ਮੈਂ ਐਰੋਨੋਟਿਕਲ ਇੰਜੀਨੀਅਰ ਹਾਂ ਜੀ ਪਹਿਲਾਂ, ਉਸ ਤੋਂ ਬਾਅਦ ਮੈਂ ਬੀਟੈਕ ਕੀਤੀ, ਫਿਰ ਐਮਬੀਏ ਕੀਤੀ, ਫਿਰ ਲਾਅ ਕੀਤੀ, ਫਿਰ ਮਾਸਟਰਸ ਕੀਤੀ, ਫਿਰ ਐਮਏ ਪੁਲਿਸ ਐਡਮਿਨਿਸਟ੍ਰੇਸ਼ਨ ਕੀਤੀ, ਹੁਣ ਪੀਐਚਡੀ ਦੀ ਤਿਆਰੀ ਚੱਲ ਰਹੀ ਹੈ। ਮੇਰੀ ਮਾਂ ਬਾਪ ਦੀ ਜਰ ਖਰੀਦ ਜ਼ਮੀਨ, ਉਹਦੀ ਉਸ ਪਟਵਾਰੀ ਨੇ 2003 ਚ ਇੱਕ ਜਾਲੀ ਫਰਦ ਤਿਆਰ ਕਰਕੇ ਦੋਸ਼ੀਆਂ ਨੂੰ ਦਿੱਤੀ। ਉਸ ਫਰਦ ਤੋਂ ਮੇਰੇ ਦਾਦਾ ਜੀ ਦੀ ਜਿਹੜੀ ਘਰ ਸੀ, ਜਿਹੜਾ ਮਹਾਰਾਜ ਦਰਬਾਰ ਸਾਹਿਬ ਦੇ ਲਾਗੇ ਬਿਲਕੁਲ ਹੈਗਾ, ਮਤਲਬ ਛੱਤ ਤੇ ਚੜ੍ਹ ਕੇ ਇਹਦੇ ਮਹਾਰਾਜ ਦੇ ਦਰਸ਼ਨ ਹੁੰਦੇ ਸੀ। ਬਚਪਨ ਮੇਰਾ ਉਸੇ ਘਰ ਚ ਬੀਤਿਆ, ਸਾਰੀ ਬਚਪਨ ਛੋਟੇ ਹੁੰਦਿਆਂ ਕਹਿ ਸਕਦੇ ਹੋ 7-8-9 ਸਾਲ, 14 ਸਾਲ ਦੀ ਉਮਰ ਤੱਕ ਮੈਂ ਦਰਬਾਰ ਸਾਹਿਬ ਦੀ ਪਰਿਕਰਮਾ ਚ ਸੇਵਾ ਵੀ ਕੀਤੀ ਅਤੇ ਛੂਛ ਪਾਈ ਵੀ ਖੇਡੀ ਸੀ ਨਿੱਕੇ ਬੱਚਿਆਂ ਨੂੰ ਜਾਂਦੇ ਰਹੇ ਹਾਂ। ਉਸ ਘਰ ਨੂੰ ਉਸ ਬੰਦੇ ਨੇ ਜਾਲੀ ਫਰ ਦਿੱਤੀ, ਸਾਡੇ 26 ਜੀਆਂ ਦਾ ਜ਼ਿਕਰ ਹੀ ਨਹੀਂ ਕੀਤਾ ਕਿ ਪੈਦਾ ਹੋਏ ਸੀ, ਅਤੇ ਇੱਕ ਬੰਦੇ ਦੇ ਨਾਂ 'ਤੇ ਇੰਤਕਾਲ ਚੜ੍ਹਾਤਾ। ਉਸ ਮੇਰੀ ਭੂਆ ਦੀ ਉਹ ਲੜਕੀ ਹੈ, ਉਹਨੇ ਅੱਗੋਂ ਆਪਣੇ ਘਰ ਵਾਲੇ ਨੂੰ ਵੇਚਤੀ ਕਾਗਜ਼ ਬਣਾ ਲਏ ਰਜਿਸਟਰੀ ਦੇ। ਉਸ ਬੰਦੇ ਨੇ 9 ਬੈਂਕਾਂ ਕੋਲੋਂ ਕੋਈ 2.25 ਕਰੋੜ ਰੁਪਇਆ ਲੋਨ ਲੈ ਲਿਆ, ਮਤਲਬ ਸਿਰਫ 15-20 ਲੱਖ ਦੀ ਪ੍ਰੋਪਰਟੀ 'ਤੇ, ਅਤੇ ਫਰੋਡ ਕੀਤਾ। ਜਦੋਂ ਫਰੋਡ ਉਜਾਗਰ ਹੋਇਆ, ਉਸ ਤੋਂ ਬਾਅਦ ਮੈਨੂੰ ਥੋੜ੍ਹਾ 2010 ਦੇ ਆਸ ਪਾਸ ਪਤਾ ਲੱਗਾ ਕਿ ਐਡਾ ਵੱਡਾ ਫਰੋਡ ਹੋ ਚੁੱਕਿਆ। ਫਿਰ ਮੈਂ 2007-08 'ਚ ਪਤਾ ਲੱਗ ਗਿਆ ਸੀ, ਫਿਰ ਮੈਂ ਉਹਦੀ ਘੁੱਖ ਕੱਢਣੀ ਸ਼ੁਰੂ ਕੀਤੀ, ਕੰਪਲੇਂਟਾਂ ਪਾਈਆਂ, ਪਾਉਂਦੇ ਮੈਂ ਜਦੋਂ ਥਾਣੇ ਜਾਂ ਕਚਹਿਰੀ ਜਾਂ ਵਕੀਲ ਸਾਹਿਬ ਕੋਲ ਹੀ ਜਾਂਦਾ ਸੀ ਨਾ, ਅਤੇ ਮੈਂ ਥੋੜ੍ਹਾ ਇੰਜੀਨੀਅਰ ਦਿਮਾਗ ਸੀ, ਮੈਂ ਕਿਤਾਬਾਂ ਲੈ ਲਈਆਂ, CPC ਲੈ ਲਈ, CRPC ਲੈ ਲਈ, IPC ਲੈ ਲਈ, ਹੋਰ ਕੌਨਸਟੀਟਿਊਸ਼ਨ ਲੈ ਲਈ, ਮੈਂ ਕਿਤਾਬ ਖਰੀਦ ਲਈਆਂ, ਮੈਂ ਪੜ੍ਹਦਾ ਉਹਨਾਂ ਨੂੰ ਘਰ ਬਹਿ ਕੇ, ਕਿਉਂਕਿ ਦਿਮਾਗ 'ਚ ਆਪਣੀ ਪ੍ਰੋਪਰਟੀ ਜਿਹੜੀ ਜਿਸ ਇੱਕ ਤਾਂ ਉਹ ਘਰ 'ਤੇ ਕਿ ਜਿਸ ਘਰ 'ਚ ਅਸੀਂ ਰਹਿੰਦੇ ਸੀ ਮੇਰੇ ਮਦਰ ਨੇ ਬਣਾਇਆ ਸੀ, ਖੁਦ ਖਰੀਦਿਆ ਸੀ, ਮਦਰ ਦਾ ਵੀ ਜਾਲੀ ਡੈਥ ਸਰਟੀਫਿਕੇਟ ਬਣਾ ਕੇ ਉਹਨਾਂ ਦੀ ਉਸ ਪ੍ਰੋਪਰਟੀ, ਮੇਰਾ ਤਾਂ ਜ਼ਿਕਰ ਹੀ ਨਹੀਂ ਕੀਤਾ ਮੈਂ ਪੈਦਾ ਹੋਇਆ, ਉਹ ਪ੍ਰੋਪਰਟੀ ਵੀ ਉਹਨਾਂ ਨੇ ਖੋਲੀ। ਉਸ ਵੇਲੇ ਫਿਰ ਮਤਲਬ ਮੈਂ ਜਦੋਂ ਘੋਖ ਕੱਢਣੀ ਸ਼ੁਰੂ ਕੀਤੀ, ਜਦੋਂ ਮੈਂ ਥਾਣੇ ਕਚਹਿਰੀ ਜਾਂ ਕਿਤੇ ਵੀ ਜਾਣਾ ਵਕੀਲ ਸਾਹਿਬ ਨਾਲ ਗੱਲ ਕਰਨੀ, ਖਾਸ ਕਰਕੇ ਥਾਣੇ ਜਦੋਂ ਜਾ ਕੇ ਗੱਲ ਕਰਨੀ, ਉਹਨਾਂ ਨੇ ਕਾਕਾ ਬਹਿ ਜਾ ਚੁੱਪ ਕਰਕੇ, ਅੱਜ ਤੋਂ 15-10 ਸਾਲ ਪਹਿਲਾਂ ਉਮਰ ਵੀ ਹੌਲੀ ਸੀ, ਅਤੇ ਉਹਨਾਂ ਨੇ ਕਹਿਣਾ ਕਾਕਾ ਤੈਨੂੰ ਨਹੀਂ ਸਮਝ, ਬਹਿ ਜਾ ਚੁੱਪ ਕਰਕੇ, ਅਤੇ ਕਿਤੇ ਖੁਦ ਦਾ ਦਿਮਾਗ 'ਚ ਕਿ ਯਾਰ ਵਕੀਲ ਬੰਦਾ ਕਿੰਨਾ ਕੌਖਾ ਕਿਤੇ। ਅਤੇ ਫਿਰ ਮੈਂ 2-4 ਬੰਦਿਆਂ ਨੂੰ ਪੁੱਛਿਆ, ਕਹਿੰਦਾ ਜੀ 27 ਪੇਪਰ ਦੇਣੇ ਪੈਂਦੇ ਆ, 3 ਸਾਲ ਲੱਗਦੇ ਆ। ਮੈਂ ਕਿਹਾ ਕੋਈ ਗੱਲ ਨਹੀਂ, ਜ਼ਿੰਦਗੀ ਬੜੀ ਲੰਬੀ ਹੈ, ਅਤੇ 3 ਸਾਲ ਖਰਚ ਦੇਣੇ ਚਾਹੀਦੇ ਆ ਤਾਂ ਕਿ ਤੁਸੀਂ ਇੱਕ ਐਸੀ ਜਮਾਤ 'ਚ ਵੜਦੇ ਹੋ ਜਿਹਦੀ ਇੱਕ ਬਹੁਤ ਵੱਡੀ ਹੋਂਦ ਹੈ, ਜਿਹਦੀ ਇੱਕ ਯੂਨਿਟੀ ਹੈ। ਸੋ ਬਸ ਫਿਰ 2010 'ਚ ਪ੍ਰਣ ਕਰ ਲਿਆ ਕਿ ਅਸੀਂ ਲਾਅ ਕਰਨੀ ਹੈ, ਅਤੇ ਐਡਮਿਸ਼ਨ ਲੈਣ ਚਲ ਗਏ, ਐਡਮਿਸ਼ਨ ਲੈ ਲਈ, ਫਿਰ ਪੜ੍ਹਾਈ ਕੀਤੀ ਪੂਰੀ ਇਮਾਨਦਾਰੀ ਨਾਲ, ਫਿਰ ਬਸ ਪੜ੍ਹਾਈ ਦਾ ਭੁੱਸ ਹੈਗਾ ਹੀ ਹੈ ਜੀ, ਇੰਜੀਨੀਅਰ ਦਿਮਾਗ ਸੀ, ਫਿਰ ਅੱਗੋਂ ਮਾਸਟਰਸ ਡਿਗਰੀਆਂ ਕਰ ਲਈਆਂ। ਫਿਰ ਇਸ ਪਟਵਾਰੀ ਨੇ ਕੀ ਕੀਤਾ ਸੀ, ਜਿਹੜੀ ਉਹ ਫਰਦ ਜਾਰੀ ਕੀਤੀ ਸੀ, ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਵੀ ਫਰਦ ਕੋਈ ਪਟਵਾਰੀ ਜਾਰੀ ਕਰਦਾ ਉਹਦੀ 10 ਰੁਪਏ ਸਰਕਾਰੀ ਫੀਸ ਹੁੰਦੀ ਹੈ, ਜਿਹਦੇ ਵਾਸਤੇ ਇਹ 20,000 ਰੁਪਇਆ ਚਾਰਜ ਕਰਦੇ ਨੇ। ਯਾਦ ਰੱਖਣਾ ਮੇਰੀ ਗੱਲ ਸਾਰੇ ਦਰਸ਼ਕ, ਕੰਮ ਦੀ ਗੱਲ, ਜਦੋਂ ਪਟਵਾਰੀ ਨੂੰ ਤੁਸੀਂ ਫਰਦ ਲੈਂਦੇ ਹੋ ਉਹਦੀ ਫੀਸ ਸਿਰਫ 10 ਰੁਪਏ ਹੈ, 1,000 ਰੁਪਇਆ ਤੁਹਾਡੇ ਕੋਲ ਨਹੀਂ ਲੈ ਸਕਦਾ, ਅਤੇ ਲੈਂਡ ਰੈਵਨਿਊ ਮੈਨੂਅਲ ਦੀ ਧਾਰਾ 3.48 ਸਬਸੈਕਸ਼ਨ 2 ਮੁਤਾਬਕ ਉਹ ਕਲੈਕਟ ਕੀਤੀ ਹੋਈ ਫੀਸ ਦਾ ਸ਼ੇਅਰ ਵੀ ਨਹੀਂ ਰੱਖ ਸਕਦਾ, ਅਤੇ ਚੜ੍ਹਦੇ ਮਹੀਨੇ ਦੀ 10 ਤਰੀਕ ਨੂੰ ਉਹਨੂੰ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਉਂਦਾ ਕੰਪਲੀਟ ਫੀਸ ਨੂੰ। ਜੇ 10 ਤਰੀਕ ਨੂੰ ਛੁੱਟੀ ਹੈ ਤੇ 9 ਨੂੰ ਕਰਾਉਂਦਾ, 9 ਨੂੰ ਵੀ ਛੁੱਟੀ ਹੈ ਤੇ 8 ਨੂੰ ਕਰਾਉਂਦਾ, ਯਾਨੀ ਕਿ 10 ਤਰੀਕ ਨਹੀਂ ਟੱਪ ਸਕਦੀ ਇਲੈਕਸ਼ਨ ਦੇਖਾ ਉਹਦੇ ਲਈ। ਐਕਟ 'ਚ ਲਿਖਿਆ ਕਿ ਜੇ ਉਹ ਉਹਦਾ ਸ਼ੇਅਰ ਵੀ ਰੱਖ ਲੈਂਦਾ, ਮੀਨਸ ਉਹਨੇ 200 ਰੁਪਇਆ 207 ਰੁਪਏ ਮੰਨ ਲਓ ਇਕੱਠੇ ਕੀਤੇ ਜਾਂ 210 ਰੁਪਏ ਇਕੱਠੇ ਕੀਤੇ ਆ, ਜੇ ਉਹ 200 ਜਮ੍ਹਾਂ ਕਰਾਉਂਦਾ 10 ਰੁਪਏ ਜਮ੍ਹਾਂ ਨਹੀਂ ਕਰਾਉਂਦਾ ਤਾਂ ਵੀ ਉਹ ਕਾਨੂੰਨ ਦਾ ਭਾਗੀਦਾਰ ਹੈ, ਜੇ ਉਹ 220 ਰੁਪਏ ਜਮ੍ਹਾਂ ਕਰਾਉਂਦਾ ਤਾਂ ਵੀ ਕਾਨੂੰਨ ਦਾ ਭਾਗੀਦਾਰ ਹੈ, ਉਹ ਜੁਰਮ ਦਾ ਭਾਗੀਦਾਰ ਹੈ। ਉਸ ਪਟਵਾਰੀ ਨੇ 2003 'ਚ ਦਿੱਤੀ ਫਰਦ ਨੂੰ 2010 ਤੱਕ ਉਹਦੇ ਪੈਸੇ ਜਮ੍ਹਾਂ ਨਹੀਂ ਸੀ ਕਰਾਏ। ਮੈਂ RTI ਪਾਈ, RTI 'ਚ ਮੈਨੂੰ ਰਿਪੋਰਟ ਆ ਗਈ ਤਹਿਸੀਲਦਾਰ ਕੋਲੋਂ, ਉਹਦੇ 'ਚ ਲਿਖਿਆ ਸੀ ਕਿ ਉਜਰਤ ਨਜ਼ੂਰ ਪਟਵਾਰੀ ਦੇ ਜੁੰਮੇ ਹੈ, ਇਹ ਫਾਰਸੀ ਦਾ ਸ਼ਬਦ ਹੈ। ਇੱਕ ਹੋਰ ਮੈਂ ਆਪਣੇ ਦਰਸ਼ਕਾਂ ਨੂੰ ਗੱਲ ਦੱਸ ਦਿੰਦਾ ਕਿ ਜਿੰਨੇ ਵੀ ਰੈਵਨਿਊ ਰਿਲੇਟਡ ਨਾਮ ਨੇ, ਖਸਰਾ, ਖਤੌਨੀ, ਖੇਵਟ, ਪਟਵਾਰੀ, ਕਾਨੂੰਗੋ, ਤਹਿਸੀਲਦਾਰ, ਇਹ ਸਭ ਫਾਰਸੀ ਦੇ ਸ਼ਬਦ ਨੇ, ਕਿਉਂਕਿ ਜਿਹੜੀ ਜ਼ਮੀਨ ਦੀ ਸਹੀ ਵੰਡ ਦੀ ਪ੍ਰਕਿਰਿਆ ਸੀ ਉਹ ਜਦੋਂ ਮੁਗਲ ਆਏ ਸੀਗੇ, ਮੁਗਲਾਂ ਨੇ ਸ਼ੁਰੂ ਕੀਤੀ ਸੀ ਹੱਦਬੰਦੀਆਂ ਕਰਨੀਆਂ, ਫਿਰ ਉਸ ਤੋਂ ਬਾਅਦ ਮੁਰੱਬੇ ਬੰਦੀਆਂ ਹੋਈਆਂ। ਸੋ
ਉਹਦੇ ਮੁਤਾਬਕ ਮੈਂ ਜਦੋਂ ਫੀਸ ਦਾ ਰਿਕਾਰਡ ਮੰਗਿਆ ਤੇ ਉਹਨਾਂ ਨੇ ਲਿਖ ਕੇ ਦੇ ਦਿੱਤਾ ਕਿ ਪਿਛਲੇ 7 ਸਾਲਾਂ 'ਚ ਇਹਨੇ ਫੀਸ ਜਮ੍ਹਾਂ ਨਹੀਂ ਕਰਾਈ। ਆਪਾਂ 409 ਸੈਕਸ਼ਨ ਦੀ ਐਪਲੀਕੇਸ਼ਨ ਬਣਾਈ ਕਿ ਪਟਵਾਰੀ ਤਹਿਸੀਲਦਾਰ ਦੀ ਰਿਪੋਰਟ ਮੁਤਾਬਕ ਇਹਨੇ ਪੈਸੇ ਹੜੱਪ ਕੀਤੇ ਨੇ, ਪਾਕਿਟ ਕਰ ਲਏ ਨੇ, ਉਹਦਾ ਵਿਆਜ ਖਾਧਾ, ਇਹਦੇ 'ਤੇ ਜੁਰਮ ਲਾਇਆ ਜਾਵੇ। ਉਹ ਪਟਵਾਰੀ ਇੰਨਾ ਚਾਲੂ ਸੀ, ਉਹਨੇ ਬੜੀ ਥਾਂ ਤੋਂ ਆਪਣੀ ਇਨਕੁਆਇਰੀ ਨਿਊਟਰਲ ਮਾਰਕ ਕਰੇ, ਬਟ ਬੜੀ ਲੜਾਈ ਲੜ ਕੇ ਮਤਲਬ ਫਿਰ ਆਪਾਂ ਉਹਨੂੰ ਜੇਲ੍ਹ ਕਰਾਈ ਸੀ। ਔਰ ਉਸ ਤੋਂ ਬਾਅਦ ਜਦੋਂ ਕੇਸ ਚੱਲ ਰਿਹਾ ਸੀ ਉਹਦੇ ਦੌਰਾਨ ਅਸੀਂ ਉਹਦੇ 'ਤੇ ਪ੍ਰਿਵੈਂਸ਼ਨ ਆਫ ਕਰਪਸ਼ਨ ਐਕਟ ਅਤੇ ਹੋਰ ਕਈ ਧਾਰਾਵਾਂ ਦੇ ਮੁਤਾਬਕ ਉਹਦੇ 'ਤੇ ਅਸੀਂ ਮਤਲਬ ਐਮੈਂਡਮੈਂਟ ਆਫ ਚਾਰਜਿਸ ਕਰਾਏ। ਔਰ ਹੁਣ ਉਸ ਵਿਚਾਰੇ ਦੀ ਡੈਥ ਹੋ ਗਈ ਹੈ। ਪਰ ਇੱਕ ਗੱਲ ਤੁਹਾਨੂੰ ਇਹਦੇ ਵਿੱਚ ਮੈਂ ਮਤਲਬ ਜਿਵੇਂ ਹਰ ਗੱਲ 'ਚ ਇੱਕ ਸਬਕ ਆਉਂਦਾ, ਮੈਂ ਸਬਕ ਦੱਸਣਾ ਚਾਹੁੰਦਾ ਕਿ ਉਸ ਪਟਵਾਰੀ ਦੇ ਟ੍ਰਾਇਲ ਦੇ ਦੌਰਾਨ ਉਹਦੀ ਡੈਥ ਹੋਈ। ਕ੍ਰਿਮੀਨਲ ਕੇਸ ਦਾ ਇੱਕ ਅਸੂਲ ਹੈ ਕਿ ਜਦੋਂ ਟ੍ਰਾਇਲ ਉਦੋਂ ਚੱਲਣਾ ਹੈ ਜਦੋਂ ਮੁਲਜ਼ਮ ਸਾਹਮਣੇ, ਜੇ ਮੁਲਜ਼ਮ ਦੀ ਡੈਥ ਹੋ ਜਾਵੇ ਤਾਂ ਟ੍ਰਾਇਲ ਅੱਗੇ ਨਹੀਂ ਚੱਲਦਾ, ਉਹ ਸਾਈਨ ਡਾਈ ਹੋ ਕੇ ਜਾਂ ਉਹਨੂੰ ਕੰਜ਼ਾਈਨ ਕਰ ਦਿੰਦੇ ਨੇ ਫਾਈਲ ਨੂੰ, ਰਿਪੋਰਟ ਬਣਾ ਕੇ ਕਿ ਇਹਦੀ ਡੈਥ ਹੋ ਗਈ ਹੈ ਤੇ ਇਹਨੂੰ ਸਾਂਭ ਲਿਆ ਜਾਵੇ। ਪਰ ਇਹੋ ਜਿਹੇ ਵੇਲਿਆਂ 'ਚ ਜਿਹੜਾ ਉਹ ਸਰਕਾਰੀ ਮੁਲਾਜ਼ਮ ਜਾਂ ਜਿਹੜਾ ਵੀ ਉਹ ਬੰਦਾ ਮਤਲਬ ਬਿਨਾਂ ਸਜ਼ਾ ਤੋਂ ਕੇਸ ਕਲੋਜ਼ ਹੁੰਦਾ ਹੈ, ਉਹਨੂੰ ਸਰਕਾਰੀ ਕੋਈ ਬੈਨੀਫਿਟ ਨਹੀਂ ਮਿਲਦਾ। ਯਾਨੀ ਕਿ ਪਟਵਾਰੀ ਦਾ ਜਿਹੜਾ 10-20-50 ਲੱਖ ਰੁਪਇਆ ਉਹਦੇ GPF ਜਾਂ PF ਫੰਡ ਕੱਟੇ ਗਏ ਹੋਣਗੇ, ਉਹ ਸਾਰੇ ਮਿੱਟੀ। ਪਰਿਵਾਰ ਕੋਲ ਅਪੀਲ ਨਹੀਂ ਪਾ ਸਕਦਾ, ਕੋਈ ਸਰਕਾਰ ਦੀ ਕੋਈ ਨੌਕਰੀ ਨਹੀਂ ਲੈ ਸਕਦਾ, ਯਾਨੀ ਕਿ ਦਾਗੀ ਮੌਤ ਵੱਡੀ ਸਜ਼ਾ ਨਾਲੋਂ ਮਾੜੀ ਹੈ। ਸੋ ਡਰਨਾ ਚਾਹੀਦਾ ਗੈਰ ਕਾਨੂੰਨੀ ਕੰਮ ਕਰਨ ਤੋਂ, ਤਰੀਕੇ ਨਾਲ ਚੱਲੋ। ਔਰ ਜੋ ਮੈਡਮ ਨੇ ਜਿਵੇਂ ਦੱਸਿਆ ਕਿ ਏਜੰਟ ਕੋਲ ਕਿਸੇ ਕੋਲ ਜਾਣ ਦੀ ਬਜਾਏ ਜਿੰਨੇ ਸੁਣੀਆਂ ਸੁਣਾਈਆਂ ਗੱਲਾਂ 'ਤੇ ਤੁਹਾਨੂੰ ਕੁਛ ਦੱਸਿਆ, ਉਹਦੀ ਬਜਾਏ ਕਿਸੇ ਪ੍ਰੋਫੈਸ਼ਨਲ ਕੋਲ ਜਾਓ, ਪ੍ਰੋਪਰ ਰਾਏ ਲਵੋ, ਪ੍ਰੋਪਰ ਟ੍ਰੀਟਮੈਂਟ ਲਵੋ, ਪ੍ਰੋਪਰ ਆਪਣੇ ਕੇਸ ਦਾ ਰੱਖ ਰਖਾਵ ਰੱਖੋ, ਅਲਰਟ ਹੋ ਕੇ ਕਰੋ। ਸੋ ਗੱਲਾਂ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਤੇ ਮੈਨੂੰ ਲੱਗਦਾ ਟਾਈਮ ਸਾਡੇ ਕੋਲ ਘੱਟ ਹੈਗਾ, ਲੇਕਿਨ ਸਾਡੇ ਦਰਸ਼ਕਾਂ ਨੂੰ ਅਸੀਂ ਇਹ ਜ਼ਰੂਰ ਦੱਸ ਦਈਏ ਵੀ ਤੁਸੀਂ ਆਪਣਾ ਸਵਾਲ ਸਾਡੇ ਨਾਲ ਜਦੋਂ ਮਰਜ਼ੀ ਡਿਸਕਸ ਕਰ ਸਕਦੇ ਹੋ, ਨੰਬਰ ਸਕਰੀਨ ਦੇ ਉੱਤੇ ਲਗਾਤਾਰ ਡਿਸਪਲੇ ਹੋ ਰਿਹਾ, ਔਰ ਕਮੈਂਟ ਸੈਕਸ਼ਨ 'ਚ ਤੁਸੀਂ ਆਪਣਾ ਕਮੈਂਟ ਵੀ ਜ਼ਰੂਰ ਕਰ ਸਕਦੇ ਹੋ। ਅਗਲੀ ਵਾਰ ਜਦੋਂ ਅਸੀਂ ਅਗਲਾ ਸ਼ੋਅ ਕਰਦੇ ਹਾਂ ਉਦੋਂ ਅਸੀਂ ਚਰਚਾ ਦੇ ਮੁੱਦੇ ਤੁਹਾਨੂੰ ਜ਼ਰੂਰ ਦੱਸ ਦਈਏ। ਜ਼ਮੀਨੀ ਵਿਵਾਦ ਨੂੰ ਲੈ ਕੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਪਾਵਰ ਆਫ ਟਰਨਿੰਗ ਦੇ ਬਾਰੇ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ। OCI ਕਾਰਡ ਕੀ ਹੈਗਾ ਉਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ। NRI ਕੋਈ ਵੀ ਹੈਗਾ ਜੇਕਰ ਉਹ ਬਾਹਰ ਆਲਰੇਡੀ NRI ਜਿਹੜਾ ਪਰਸਨ ਹੈਗਾ ਜੇਕਰ ਵਾਪਸ ਇੰਡੀਆ ਆ ਕੇ ਆਪਣੀ ਸਿਟੀਜ਼ਨਸ਼ਿਪ ਲੈਣਾ ਚਾਹੁੰਦਾ ਹੈ ਤਾਂ ਉਹ ਕਿਸ ਤਰੀਕੇ ਦੇ ਨਾਲ ਲੈ ਸਕਦਾ ਹੈ। ਸੋ ਹੋਰ ਵੀ ਇਸ ਨਾਲ ਜੁੜੇ ਜੇ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈਗੇ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਥੋੜ੍ਹਾ ਜਿਹਾ ਵੇਲਾ ਕਰਦੇ ਹਾਂ ਲੇਕਿਨ ਬੜਾ ਘੱਟ ਸ਼ਬਦਾਂ 'ਚ ਤੁਹਾਡੇ ਤੋਂ ਜਾਣਨਾ ਚਾਹੂੰਗੀ OCI ਕਾਰਡ ਜਿਹੜਾ ਹੈਗਾ, ਸੋ ਉਹਦੇ 'ਚ ਕੁਝ ਕੁ ਤਬਦੀਲੀਆਂ ਆਈਆਂ ਨੇ। ਸਭ ਤੋਂ ਪਹਿਲਾਂ ਤਾਂ OCI ਕਾਰਡ ਕੀ ਹੈਗਾ ਔਰ ਫੋਕਸ ਕਰੀਏ ਤਬਦੀਲੀਆਂ ਦੇ ਉੱਪਰ ਤਾਂ ਉਹ OCI ਕਾਰਡ ਕੀ ਹੈ ਕਿ ਜਦੋਂ ਵੀ ਕੋਈ ਭਾਰਤੀ ਮੂਲ ਦਾ ਵਿਅਕਤੀ ਕਿਸੇ ਵੀ ਬਾਹਰ ਦੀ ਕੰਟਰੀ 'ਚ ਸਿਟੀਜ਼ਨ ਹੋ ਜਾਂਦਾ, ਉਹ ਵਿਅਕਤੀ ਦਾ ਇੰਡੀਆ ਦਾ ਪਾਸਪੋਰਟ ਖਾਰਜ ਕਰ ਦਿੱਤਾ ਜਾਂਦਾ, ਉਹਦੀ ਇੰਡੀਆ ਦੀ ਨਾਗਰਿਕਤਾ ਖਤਮ ਹੋ ਜਾਂਦੀ ਹੈ ਤੇ ਉਹਨੂੰ ਉਸ ਮੁਲਕ ਦੀ ਨਾਗਰਿਕਤਾ ਮਿਲ ਜਾਂਦੀ ਹੈ। ਜਦੋਂ ਉਹਨੂੰ ਫੋਰਨ ਦੀ ਨਾਗਰਿਕਤਾ ਮਿਲ ਜਾਂਦੀ ਹੈ ਤੇ ਸਾਡੀ ਸਰਕਾਰ ਨੇ ਉਹਦੇ ਲਈ ਪ੍ਰੋਵੀਜ਼ਨ ਰੱਖੀ ਹੈ, ਕਿਉਂਕਿ ਉਸ ਬੰਦੇ ਨੂੰ ਫਿਰ ਵੀਜ਼ਾ ਲਵਾ ਕੇ ਇੰਡੀਆ ਆਉਣਾ ਪਏਗਾ, ਇੰਡੀਆ ਦਾ ਵੀਜ਼ਾ ਲੈਣਾ ਪਏਗਾ, ਕਿਉਂਕਿ ਹੁਣ ਇਸ ਲਈ ਅਮਰੀਕਨ ਜਾਂ ਕੈਨੇਡੀਅਨ ਜਾਂ ਆਸਟ੍ਰੇਲੀਅਨ ਜੋ ਵੀ ਬਣ ਚੁੱਕਾ। ਉਸ ਪਰੇਸ਼ਾਨੀ ਤੋਂ ਬਚਾਉਣ ਲਈ ਕਿ ਬਾਰ ਬਾਰ ਉਹਨਾਂ ਨੂੰ ਵੀਜ਼ਾ ਨਾ ਦੇਣਾ ਪਵੇ, ਕਿਉਂਕਿ ਇੰਡੀਅਨ ਬੰਦੇ ਹੀ ਸਭ ਤੋਂ ਜ਼ਿਆਦਾ ਬਾਹਰ ਗਏ ਨੇ ਤੇ ਜਦੋਂ ਬਾਰ ਬਾਰ ਵੀਜ਼ਾ ਮੰਗਦੇ ਨੇ ਤੇ ਇੰਡੀਆ ਦੀਆਂ ਵੈਸੀਆਂ ਤੇ ਵੀ ਬੋਝ ਵੱਧ ਹੈ, ਉਸ ਬੋਝ ਨੂੰ ਘਟਾਉਣ ਲਈ ਉਹਨਾਂ ਨੇ ਇੱਕ OCI ਕਾਰਡ ਬਣੇ, ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਦਾ ਕਾਰਡ ਬਣਾਇਆ, ਜਿਹਦੇ ਵਿੱਚ ਸਿਰਫ ਦੋ ਮੇਨ ਚੀਜ਼ਾਂ ਚਾਹੀਦੀਆਂ, ਤੁਹਾਡਾ ਪੁਰਾਣਾ ਪਾਸਪੋਰਟ ਕੈਂਸਲ ਹੋਇਆ ਪਲੱਸ ਇੱਕ ਹੋਰ ਤੁਹਾਡਾ ਭਾਰਤੀ ਹੋਣ ਦਾ ਪ੍ਰੂਫ ਜਿਹਦੇ 'ਚ ਤੁਹਾਡੀ ਡੇਟ ਆਫ ਬਰਥ, ਨਾਮ, ਫੋਟੋ ਹੋ ਗਏ, ਉਹ ਦੋ ਪ੍ਰੂਫ ਲਾਣੇ ਆ। ਅੱਜ ਕੱਲ੍ਹ ਆਨਲਾਈਨ ਸ਼ੁਰੂ ਹੋ ਗਿਆ, ਆਨਲਾਈਨ ਤੁਸੀਂ ਉਹ ਡਾਟਾ ਭਰਨਾ, ਭਰਨ ਤੋਂ ਬਾਅਦ ਅੱਜ ਕੱਲ੍ਹ ਕੋਵਿਡ ਕਰਕੇ 3-4 ਮਹੀਨੇ ਲੱਗਦੇ ਨੇ, ਤੁਹਾਡੇ ਘਰੇ ਤੁਹਾਡਾ OCI ਕਾਰਡ ਆ ਜਾਏਗਾ ਤੇ ਤੁਸੀਂ ਫਿਰ ਆਪਣੇ ਪਾਸਪੋਰਟ ਜਿਹੜਾ ਲਾਸਟ ਪਾਸਪੋਰਟ ਹੈ ਉਹਦੇ 'ਤੇ ਉਹਦਾ ਨੰਬਰ ਚੜ ਜਾਏਗਾ ਤੇ ਤੁਸੀਂ ਉਸ ਪਾਸਪੋਰਟ 'ਤੇ ਮਤਲਬ ਕੈਨੇਡੀਅਨ ਜਾਂ ਅਮੈਰੀਕਨ ਬਾਹਰ ਵਿਦੇਸ਼ੀ ਪਾਸਪੋਰਟ ਤੇ OCI ਕਾਰਡ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਇਹਦੇ ਵਿੱਚ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਸਲਾਹ ਦੇਣਾ ਚਾਹੁੰਦਾ ਕਿ ਜਿਹੜਾ OCI ਕਾਰਡ ਜਾਰੀ ਹੁੰਦਾ ਹੈ ਤੁਹਾਡੇ ਲੇਟੈਸਟ ਵਿਦੇਸ਼ੀ ਕਾਰਡ ਦੇ ਉੱਪਰ ਸਪਲਾਈ ਇਸ਼ੂ ਹੁੰਦਾ ਹੈ, ਜਦੋਂ ਵੀ ਤੁਸੀਂ ਉਹ ਜਿਵੇਂ ਐਕਸਪਾਇਰ ਵੀ ਹੋ ਜਾਵੇ ਉਹਨੂੰ ਨਾਲ ਰੱਖੋ ਜ਼ਰੂਰ, ਕਿਉਂਕਿ ਉਹਦੇ ਨਾਲ ਉਹਦੀ ਆਈਡੈਂਟੀ ਡਿਟੇਲ ਮੈਚ ਕੀਤੀਆਂ ਹੋਈਆਂ, ਫਿਊਚਰ 'ਚ ਤੁਹਾਨੂੰ ਦਿੱਕਤ ਨਾ ਆਵੇ। ਆਉਣ ਵਾਲੇ 3-4 ਸਾਲਾਂ 'ਚ ਤੁਹਾਨੂੰ ਪੁਰਾਣਾ ਪਾਸਪੋਰਟ ਰੱਖਣ ਦੀ ਲੋੜ ਨਹੀਂ ਪੈਣੀ, ਕਿਉਂਕਿ ਆਨਲਾਈਨ ਸਿਸਟਮ ਤੁਹਾਡੀ ਫੋਟੋ ਤੁਹਾਡੀ ਹਰ ਚੀਜ਼ ਉੱਥੇ ਅਵੇਲੇਬਲ ਹੋਣੀ ਹੈ
अगले शो सारे सवाल डिस्कस करा गे सो सुनील जी जानकारी बहुत बहुत समा देने दर्शकों का भी धन्यवाद जी सब देखते रहो तो असी मैं एक मैसेज देना चाहना कि एक लीगल शो है लॉ रिलेटिड शो है कोई थोड़ा सवाल हो किसी किस्म की तुम कोई नॉलेज चाहिए हो शो के रस्ते असी तुम जरिए तुम फ्री ऑफ कॉस्ट ये नॉलेज पहुँचावे जी चीज़ सानू नहीं भी पता होगी असी रिसर्च करके तुम सही जवाब अपने चैनल के माध्यम देखते रहेंगे तो सवाल थोड़े क्वेश्चन प्रॉब्लम्स ਤੁਸੀਂ ਮੇਰਾ ਨੰਬਰ ਵੀ ਡਿਸਪਲੇ ਹੋ ਰਿਹਾ ਚੈਨਲ ਦਾ ਨੰਬਰ ਡਿਸਪਲੇ ਹੋ ਗਿਆ ਪਰਸਨਲ ਤੌਰ ਤੇ ਵਟਸਐਪ ਕਰਕੇ ਵੀ ਪੁੱਛ ਸਕਦੇ ਹੋ ਜੇ ਤੁਸੀਂ ਡਾਇਰੈਕਟ ਜਵਾਬ ਚਾਹੁੰਦੇ ਹੋ ਟੈਲੀਫੋਨਿਕਲੀ ਤੁਹਾਨੂੰ ਉਹ ਵੀ ਦੇ ਦਿੱਤਾ ਜਾਏਗਾ ਬਸ ਸਾਡੇ ਨਾਲ ਜੁੜੇ ਰਹੋ ਜੋ ਤੁਹਾਨੂੰ ਕਾਨੂੰਨੀ ਮਦਦ ਚਾਹੀਦੀ ਹੈ ਲਾਅ ਦੇ ਬਾਰੇ ਨੌਲੇਜ ਚਾਹੀਦੀ ਹੈ ਇਸ ਚੈਨਲ ਦੇ ਮਾਧਿਅਮ ਨਾਲ ਅਸੀਂ ਤੁਹਾਨੂੰ ਰੈਗੂਲਰ ਦਵਾਂਗੇ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਠੀਕ ਹੈ ਜੀ ਜੀ